ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵੇਰਕਾ ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅੰਮ੍ਰਿਤ ਸ਼ਹਿਰ ਦੇ ਵਿੱਚ ਜਿਹੜਾ ਆ ਜਾਂਦਾ ਵੇਰਕਾ ਡੇਅਰੀ, ਜਿਹੜੇ ਇੱਥੋਂ ਦੀ ਕਾਫੀ ਮਸ਼ਹੂਰ ਆ। ਮੇਨ ਪਲਾਂਟ ਜਿਹੜਾ ਵੇਰਕਾ ਮਿਲਕ ਪਲਾਂਟ ਦਾ ਇੱਥੇ ਹੀ ਆ। ਅਤੇ ਅੱਜ ਦੀ ਵੀਡੀਓ 'ਤੇ ਤੁਹਾਨੂੰ ਜਿਹੜੀਆਂ ਵਾ ਟੋਟਲ 3 ਗਾਵਾਂ ਅਤੇ 1 ਮੱਝ ਤੁਹਾਨੂੰ ਦਿਖਾਉਣੀ ਹੈ। ਮੱਝ ਤੁਹਾਨੂੰ ਵੈਂਡ 'ਤੇ ਹੌਲੇ ਜਿਹੇ ਭਾਅ 'ਚ ਦਿਖਾਵਾਂਗੇ, ਅਤੇ ਗਾਵਾਂ ਜਿਹੜੀਆਂ ਤੁਹਾਨੂੰ 3 ਦਿਖਾਉਣੀਆਂ, 3 ਤੁਹਾਨੂੰ ਸੂਈਆਂ ਗਾਵਾਂ ਦਿਖਾਵਾਂਗੇ। ਆਹ ਜਿਹੜੇ ਬੱਚੇ ਆ ਇਹਨਾਂ ਦੇ, ਗੱਲਬਾਤ ਆਪਾਂ ਵੀਰ ਜੀ ਉਹਨਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਜੀ? ਠੀਕ ਠਾਕ ਕਰਦੇ ਜੀ, ਆਪਣਾ ਸੁਣਾਓ? ਵਧੀਆ ਵਧੀਆ ਜੀ। ਨਾਮ ਦੱਸ ਤੇ ਕਰੀ ਆਪਣਾ। ਨਾਮ ਮੇਰਾ ਗੁਰਪ੍ਰੀਤ ਸਿੰਘ ਜੀ। ਹਾਂਜੀ, ਅਤੇ ਐਡਰੈਸ ਵੀ ਦੱਸ ਦਿਓ। ਐਡਰੈਸ ਸ਼ਹਿਰ ਵੇਰਕਾ। ਹਾਂਜੀ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆ ਜਾਂਦਾ ਨਾ ਆਪਣਾ ਵੇਰਕਾ, ਕਾਫੀ ਮਸ਼ਹੂਰ ਹੈ ਇੱਥੇ ਵੱਲਾ ਵੇਰਕਾ ਲੱਗ ਲੱਗ ਗਈ ਆ। ਅਤੇ ਨਾਂ, ਫੋਨ ਨੰਬਰ ਇੱਕ ਵਾਰੀ ਬੋਲ ਦਿਓ ਆਪਣਾ। ਮੋਬਾਈਲ ਨੰਬਰ ਜੀ 99687। ਹਾਂਜੀ, 55 34। ਠੀਕ ਹੈ, ਅਤੇ ਸ਼ੁਰੂਆਤ ਫਿਰ ਆਪਾਂ ਗਾਂ ਤੱਕ ਕਰ ਲਈਏ। ਹਾਂਜੀ, ਸ਼ੁਰੂ ਕਰਦੇ ਨੇ। ਹਾਂ, ਦੇਖ ਸਕਦੇ ਥਰਾਂ ਦਾ ਸਾਈਜ਼ ਅਤੇ ਗੈਪ ਕਿੰਨਾ। ਸੁਬਹਾ ਸੂਈ ਜੀ ਵੀਰ ਜੀ? ਇਹ ਦੂਜਾ ਸੁਬਹਾ ਸੂਈ ਜੀ। ਅੱਛਾ, ਦੂਸਰਾ ਸੁਬਹਾ ਸੂਈ ਆ। ਹਾਂਜੀ, ਕਿੰਨਾ ਕੁ ਚਿਰ ਹੋ ਗਿਆ ਜੀ ਸੂਈ ਨੂੰ? ਸੂਈ ਇਹਨਾਂ ਨੂੰ 15 ਦਿਨ ਹੋ ਗਏ ਜੀ। 15 ਦਿਨ? ਕਿਹੜਾ ਬੱਚਾ ਜੀ? ਅੱਛਾ, ਆਹ ਬੱਚਾ ਜਿਹਦਾ। ਹਾਂਜੀ ਹਾਂਜੀ, ਠੀਕ ਹੈ। ਅਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ? 8 ਲੀਟਰ ਜੀ, ਪੱਕਾ ਜਿਹੜਾ ਮਿਲਤੀ ਆ। ਅੱਛਾ, ਪੱਕਾ ਦੁੱਧ ਜਿਹੜਾ 8 ਲੀਟਰ ਹੈਗਾ ਵਾ? ਹਾਂਜੀ ਹਾਂਜੀ, 8 ਲੀਟਰ। ਦੋ ਟਾਈਮ ਚੋਲ ਛੱਡੀ ਕਰੇ? ਅੱਛਾ, ਦੋ ਟਾਈਮ ਚੋਲੇ, 3 ਟਾਈਮ ਚੋਲੇ, ਹੈ ਨਾ? ਬਾਕੀ ਚਲੋ ਨਾਲੇ ਸਾਰੀਆਂ ਸੂਈਆਂ ਸਵਾਈਆਂ ਵਾ, ਆਪਣੇ ਇੱਥੇ ਆ ਕੇ ਤਸੱਲੀ ਕਰਕੇ ਖੜੇ। ਅਤੇ ਖੋਲੋ ਹੋਵੇ ਤੋਰੀ ਇੱਕ ਵਾਰੀ ਨੂੰ। ਦੁੱਧ ਜਿਹੜਾ ਮੌਕੇ 'ਤੇ ਇਹਦੇ ਕੋਲ 8 ਲੀਟਰ ਤਿਆਰ ਦੱਸਦੇ ਆ, ਅਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਵੇਖ ਚਾਖ ਕੇ ਪਰਖ ਕੇ ਫਿਰ ਖੜੇ। ਆਹ ਜਿਹੜਾ ਬੱਚਾ ਇਹਦਾ, ਬਾਕੀ ਕੋਈ ਸਾਂਭ ਵਾਲਾ ਕੋਈ ਵੀਰ ਲੈ ਜੂਗਾ ਅਤੇ ਹੋ ਸਕਦਾ ਦੁੱਧੋਂ ਵੱਧ ਵੀ ਜਾਵੇ ਹੋਰ। ਠੀਕ ਹੈ ਵੀਰ ਜੀ, ਲੈ ਆਇਆ ਜੀ। ਬਾਕੀ ਹੈਗੀ ਥੋੜ੍ਹੀ ਜਰਸੀ 'ਚ ਆ, ਫੈਟ ਫੂਡ ਜਿਹੜੀ ਇਹਦੀ ਚੰਗੀ ਆਈ ਜਾਊਗੀ। ਗਰਮੀਆਂ ਜਿਹੜਾ ਸਾਰਾ ਦੁੱਧ ਚਵਾਈ ਜਾਊਗੀ, ਘਰ ਦਾ ਚਾਹ ਪਾਣੀ ਦਾ ਜਿਹੜਾ ਵਧੀਆ ਸਾਰੀ ਜਾਊਗੀ। ਕੀ ਫਿਰ ਮੁੱਲ ਰੱਖਣਾ ਵੀਰ ਜੀ ਇਹਦਾ? ਮੁੱਲ ਵੀਰ ਜੀ ਕਰਨ ਜੋ ਮਰਜ਼ੀ ਕਰੇਗੀ। ਹਾਂਜੀ ਹਾਂ, ਜੈਸ ਜਿਹੜੀ 22,000 ਦੀ ਦੇ ਦਾ। ਅੱਛਾ, 22,000 ਦੀ ਦੇ ਦੋਗੇ? ਹਾਂਜੀ ਹਾਂਜੀ, ਬਾਕੀ ਚਲੋ ਮਾਨ ਤਾਨ ਦੇ ਹੋ ਜਾਓ ਮੁੱਕੇ ਦੇ ਥੋੜ੍ਹਾ ਬਹੁਤ। ਚਲੋ ਕਰਦਾ, ਫੋਨ ਲਾਵੇ ਕੋਈ, ਹੈ ਨਾ? ਅਤੇ 22,000 'ਚ ਮਾਨ ਤਾਨ ਕਰ ਦੋਗੇ? 22,000 'ਚ ਮਾਨ ਤਾਨ ਕਰਦਾ। ਅਤੇ ਹੁਣ ਜਿਹੜੀ ਆ ਦੂਸਰੇ ਨੰਬਰ 'ਤੇ ਆ, ਇਹ ਵੀ ਜਿਹੜੀ ਹੈਗੀ ਜਿਹੜੀ ਚੰਗੀ ਫੈਟ ਵਾਲੀ ਹੈ ਗਾਂ ਵੀ, ਅਤੇ ਥਣ ਵੀ ਦੇਖ ਸਕਦੇ ਕਾਫੀ ਪਿਆਰਾ ਲੱਗਿਆ ਇਹਦੇ ਕੋਲ, ਥਣਾਂ ਦਾ ਸਾਈਜ਼ ਅਤੇ ਗੈਪ ਕਾਫੀ ਚੰਗਾ ਵਾ। ਅਤੇ ਉਂਝ ਵੀਰ ਜੀ ਠੰਡੀ ਤੇਰੀ ਜੇ? ਹਾਂਜੀ ਹਾਂਜੀ, ਠੀਕ ਹੈ। ਰੱਸੀ ਪਾ ਕੇ ਚੁਆਈ ਕਰੀ ਦੀ? ਨਾ ਨਾ, ਰੱਸੀ ਕਿਸੇ ਨੂੰ ਨਹੀਂ ਪਾਉਂਦੇ। ਅੱਛਾ, ਸਾਰੀਆਂ ਠੰਡੀਆਂ ਤੀਰੀਆਂ ਵਾ। ਅਤੇ ਇਹਨੂੰ ਕਿੰਨਾ ਕੁ ਚਿਰ ਹੋਇਆ ਜੀ ਸੂਈ ਨੂੰ? ਇਹਦਾ ਵੀ ਉਹ 15-20 ਦਿਨਾਂ ਦੀ ਵੱਛੀ ਜੀ ਉਹ। ਅੱਛਾ, ਆਹ ਵੱਛੀ ਹੈ ਇਹਦੀ? ਹਾਂ, ਦੇਖ ਸਕਦੇ ਜੀ। ਤੇ ਇਹਦੇ ਕੋਲ ਮੌਕੇ ਦੇ ਦੁੱਧ ਕਿੰਨਾ ਤਿਆਰ ਜੀ? ਇਹਦੇ ਕੋਲ 9 ਲੀਟਰ ਜੀ, ਪੱਕਾ ਜਿਹੜਾ ਮਿੰਟੀ ਵਾਲਾ ਜੀ, ਪੱਕਾ ਦੁੱਧ ਜਿਹੜਾ 10-11 ਕਹੀ ਜੇ, ਠੰਡਾ ਕਰਕੇ ਮਿੰਟੀ ਵਾਲਾ। ਅੱਛਾ, ਜਿਹੜਾ ਕੋਈ ਜਿਤਰਾ ਮਰਜ਼ੀ ਚਵਾਲੇ 9 ਲੀਟਰ ਨਿਕਲ ਆਊਗਾ। 9 ਲੀਟਰ ਦੀ ਐਂ ਤਸੱਲੀ ਕਰਕੇ। ਠੀਕ ਹੈ, ਅਤੇ ਇਹਦਾ ਕੀ ਮੁੱਲ ਰੱਖਣਾ ਜੀ? ਇਹਦਾ ਮੁੱਲ 23,000 ਜੀ। ਅੱਛਾ, ਇਹ ਵੀ 22,000 ਦੇ ਦਿਓ। ਇਹ ਵੀ 22,000 ਦੀ ਦੇ ਦਿਓਗੇ? ਹਾਂਜੀ। ਖੋਲੋ ਹਾਂ ਫਿਰ ਤੋਰੀ ਇੱਕ ਵਾਰੀ ਨੂੰ। ਬਾਕੀ ਹੈ ਸਾਰੀਆਂ ਕਹਿੰਦੇ ਠੰਡੀਆਂ ਧੀਰੀਆਂ ਵਾ, ਅਤੇ ਉਂਝ ਕੱਦ ਕੱਠ ਜਿਹੜੇ ਠੀਕ ਆ। ਬਹੁਤੀਆਂ ਛੋਟੀਆਂ ਛੋਟੀਆਂ ਨਹੀਂ ਆ, ਉਂਝ ਜਿਤਨਾ ਨੋਰਮਲ ਗਾਵਾਂ ਦੇ ਕੱਦ ਹੁੰਦੇ ਆ, ਠੀਕ ਆ ਗਾਵਾਂ ਜਿਸ ਤਰ੍ਹਾਂ ਦੀਆਂ ਆਪਣੇ ਇੱਧਰ ਦੀਆਂ ਗਾਵਾਂ ਹੁੰਦੀਆਂ। ਸੂਆ ਕਿਨਵਾ ਜੇ ਇਹਦਾ? ਦੂਜੇ ਸੂਏ ਜੇ ਵੀ ਇਹਦਾ ਵੀ ਦੂਸਰਾ ਹੀ ਸੂਆ ਆ। ਬਾਕੀ ਰੇਲਵੇ ਸਟੇਸ਼ਨ ਤੇ ਲੱਗੇ ਜਿਹੜਾ ਵੀਰ ਜੀ ਹੁਣਾਂ ਦਾ ਘਰ ਆ, ਲਾਈਨਾਂ ਵੀ ਆਪਾਂ ਦੇਖ ਸਕਦੇ ਨਾਲ ਹੀ ਆ ਬਿਲਕੁਲ। ਤੇ ਹੁਣ ਆਪਾਂ ਜਿਹੜੀ ਤੁਹਾਨੂੰ ਦਿਖਾਉਣੀ ਆ ਤੀਸਰੇ ਨੰਬਰ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ, ਘੱਟ ਘੱਟ ਜਿਹੜਾ ਇਹਦਾ ਚੰਗਾ ਥਾਣੇ ਦੇ ਇੱਕ ਵਾਰੀ ਲੱਗ ਕੇ ਦੇਖ ਸਕਦੇ ਜੀ। ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਠੀਕ ਹੈ, ਅਤੇ ਮਿਲਕ ਮੈਨ ਵੀ ਇੱਕ ਵਾਰੀ ਦੇਖ ਸਕਦੇ ਜੀ। ਠੰਡੀ ਤੀਰੀ ਹੈ ਜਿੱਦਾਂ ਮਰਜ਼ੀ ਪਾਓ ਥੱਲੇ।
ਇਹਦਾ ਕਿੰਨਵਾ ਸੂਆ ਜੀ? ਇਹ ਵੀ ਦੂਜੇ ਹੀ ਸੂਏ ਦੱਸਦੇ ਇਹ। ਅੱਛਾ ਜੀ, ਠੀਕ ਹੈ। ਦੂਜੇ ਹੋਏਗੇ ਇੱਥੇ ਆ, ਦੂਸਰੇ ਜਾਂ ਤੀਸਰੇ ਹੋਊਗੀ। ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ? ਇਹਨੂੰ ਮਹੀਨਾ ਹੋ ਗਿਆ ਜੀ। ਅੱਛਾ, ਇਹਨੂੰ ਮਹੀਨਾ ਹੋ ਗਿਆ। ਬੱਚਾ ਇਹਦਾ ਮਰ ਗਿਆ ਜੀ। ਅੱਛਾ, ਬੱਚਾ ਮਰ ਹੀ ਲਿਆਂਦੇ ਕਿ ਤੁਹਾਡੇ ਕੋਲ ਮਰਿਆ ਆਣ ਕੇ? ਨਹੀਂ, ਸਾਡੇ ਕੋਲ ਮਰਿਆ ਬੱਚਾ ਦਾ। ਅੱਛਾ, ਤੁਹਾਡੇ ਕੋਲ ਆਣ ਕੇ ਮਰਿਆ ਬੱਚਾ ਇਹਦਾ, ਠੀਕ ਆ। ਤੇ ਇਹਦੇ ਕੋਲ ਦੁੱਧ ਕਿੰਨਾ ਮੌਕੇ ਦਿੱਤੇ? ਦੁੱਧ 9 ਲੀਟਰ ਜੇ ਥੱਲੇ। ਅੱਛਾ, ਹਾਂਜੀ। ਬਾਕੀ ਇਹਨੂੰ ਕੋਈ ਨਹੀਂ, ਬੱਚੇ ਦਾ ਕੋਈ ਪਾੜੇ ਦੀ ਨਹੀਂ ਜ਼ਰੂਰਤ ਇਦਾਂ ਹੀ। ਅੱਛਾ, ਜਿੱਦਾਂ ਮਰਜ਼ੀ ਬਹਿ ਜਾਓ ਥੱਲੇ, ਇਹ ਨਹੀਂ ਹਲਦੀ। ਠੀਕ, ਅੱਛਾ, ਬੱਚੇ ਦਾ ਕੋਈ ਕਰਦੀ ਨਹੀਂ ਇਹੋ ਜਿਹਾ? ਤੇ ਦੁੱਧ 9 ਲੀਟਰ ਹੈ ਪੱਕਾ ਇਹਦੇ ਕੋਲ? 9 ਲੀਟਰ ਪੱਕਾ ਹੈ। ਠੰਡਾ ਕਰਕੇ ਖੋਲੋ ਹਾਂ, ਫਿਰ ਤੋਰੀ ਕਰੀ ਨਾ ਵੀ। ਥੋੜਾ ਕੁ ਪੱਕੀ ਜਗ੍ਹਾ ਤਾਂ ਕਰਦੀ ਆ, ਕੱਚੀ ਜਗ੍ਹਾ 'ਤੇ ਪੂਰਾ ਵਧੀਆ ਤੁਰਦੀ ਆ। ਠੀਕ ਹੈ ਵੀਰ ਜੀ, ਲੈ ਆਓ ਜੀ। ਬਾਕੀ ਸੂਈਆਂ ਸਵਾਈਆਂ ਵਾ ਸਾਰੀਆਂ, ਆਪਣੀ ਆ ਕੇ ਤਸੱਲੀ ਕਰਕੇ ਖੜੋ। ਸਦੇ ਹਵਾਨਾ ਇਹਦਾ ਪਿੱਛੇ ਇੱਕ ਨਹੀਂ। ਅਤੇ ਇਹਦਾ ਕੀ ਮੁੱਲ ਜੇ ਵੀਰ ਜੀ? ਫਿਰ ਇਹਦਾ ਵੀਰ ਜੀ 21,000 ਮੁੱਲ ਜੇ, 20,000 ਦੀ ਦੇ ਦਾਂਗੇ। ਅੱਛਾ, 20,000 ਦੀ ਦੇ ਦੋਗੇ? ਹਾਂਜੀ, ਠੀਕ ਹੈ। ਬਾਕੀ ਕੋਈ ਜੋੜਾ ਕੋਈ ਖੜੂਗਾ ਤਾਂ ਮਾਨਤਾਨ ਵੱਧ ਕਰ ਦਿਓ। ਹੋਰ ਕਰ ਦਾਂਗੇ ਮਾਨਤਾਨ, ਕੋਈ ਗੱਲ। ਠੀਕ ਹੈ, ਮੱਝ ਵੀ ਵਿਖਾ ਦਈਏ ਫਿਰ ਜਿਹੜੀ ਆ ਪਿੰਡ 'ਚ ਦਿਖਾਉਣੀ ਹੈ। ਆਹ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਆ ਪਿੰਡ 'ਚ, ਦੱਸੀਏ ਵੀਰ ਜੀ ਇਹਦੇ ਬਾਰੇ। ਇਹ ਵੀ ਜੀ ਸੂਈ ਨੂੰ 3 ਮਹੀਨੇ ਹੋ ਗਏ ਜੇ। ਅੱਛਾ, ਹਾਂਜੀ। ਤੇ ਬਣ ਵੀ ਗਈ ਜੇ ਪਰਸੋਂ ਚੌਥ ਦੀ। ਅੱਛਾ, ਦੁੱਧ ਇਹਦੇ ਕੋਲ 8 ਲੀਟਰ ਸੀ, ਹੁਣ ਜਿਹੜੀ ਘਰੇ ਆ ਵੰਡ ਬੰਦ ਕੀਤਾ ਤਾਂ ਬੰਨ ਕਰਕੇ। ਠੀਕ ਹੈ, ਤਾਂ ਸਾਈਡ 'ਤੇ ਬੰਨੀ ਜੇ? ਹਾਂਜੀ ਹਾਂਜੀ, ਠੀਕ ਹੈ। ਅਤੇ ਤੁਹਾਡੇ ਕੋਲ ਹੀ ਬਣੀ ਹੈ? ਹਾਂਜੀ ਹਾਂਜੀ, ਸਾਡੇ ਕੋਲ ਬਣੀ ਹੈ। ਠੀਕ ਹੈ, ਇਹਦੇ ਕੋਲ ਹੁਣ ਦੁੱਧ ਕਿੰਨਾ ਹੋਊਗਾ? ਹੁਣ ਇਹਦੇ ਕੋਲ ਕੋਈ 7 ਲੀਟਰ ਹੋਣਾ, 6.5-7 ਹੋ ਜਾਏ। ਅੱਛਾ, 6.5-7 ਲੀਟਰ ਜਿਹੜਾ ਹੈਗਾ। 8 ਲੀਟਰ ਸੀ ਪਰ ਹੁਣ ਘਟੀ ਉਹਦੇ ਕਰਕੇ। ਚਲੋ, ਬਾਕੀ ਕੋਈ ਅਜੂਗਾ ਸਾਂਭ ਵਾਲਾ ਤਾਂ ਹਾਂਜੀ ਹਾਂਜੀ ਹੋ ਸਕਦਾ ਵੱਧ ਵੀ ਜਾਵੇ। ਹਾਂ, ਜਿਵੇਂ ਆਪਾਂ ਦੇਖ ਸਕਦੇ ਹਾਂ ਸਾਂਭੀ ਸੁੰਭੀ ਘੱਟ ਆ ਪਿੱਛੇ ਜਿੱਥੋਂ ਆਈ ਆ। ਵੈਸੇ ਵੀ ਸਾਈਡ 'ਤੇ ਬੰਨੀ, ਪੱਠਿਆਂ 'ਤੇ ਬੰਨੀ ਨਹੀਂ ਵੀਰ ਜੀ ਉਹਨਾਂ ਨੇ। ਖੋਲੋ ਹਾਂ ਫਿਰ ਤੋਰੀ ਇੱਕ ਵਾਰੀ ਨੂੰ। ਮੌਕੇ ਦੇ ਦੁੱਧ ਜਿਹੜਾ ਹੁਣ 6.5-7 ਲੀਟਰ ਦੱਸਦੇ ਆ। ਠੀਕ ਹੈ ਵੀਰ ਜੀ, ਲੈ ਆਓ ਜੀ। ਹੁਣ ਜਿਹੜਾ ਕੱਦ ਕਾਠ ਇਹਦਾ ਠੀਕ ਹੈ। ਜਿਹੜਾ ਘਰ ਦੇ ਦੁੱਧ ਦਾ ਜਿਹਨਾਂ ਵੀਰਾਂ ਨੂੰ ਹੁੰਦਾ ਕਿ ਮੱਝ ਦਾ ਦੁੱਧ ਪੀਏ, ਉਹਨਾਂ ਵੀਰਾਂ ਵਾਸਤੇ ਵਧੀਆ, ਕਿਉਂਕਿ ਘਰ ਦਾ ਚਾਹ ਪਾਣੀ ਦਾ ਜਿਹੜਾ ਵਧੀਆ ਸਾਰੀ ਜਾਊਗੀ। ਮਿਲਦੀ ਕਿੱਤਰਾਂ 'ਚ ਵੀਰ ਜੀ? ਮਿਲਦੀ ਪਹਾੜੇ 'ਤੇ ਜੀ, ਦੋਵੇਂ ਟਾਈਮ। ਅੱਛਾ, ਦੋਵੇਂ ਟਾਈਮ ਪਹਾੜੇ 'ਤੇ ਮਿਲਦੀ ਹੈ, ਠੀਕ ਹੈ। ਅਤੇ ਇਹਦਾ ਕੀ ਮੁੱਲ ਜੇ? ਇਹਦਾ ਮੁੱਲ ਤਾਂ 40,000 ਕਰਦੇ ਜੀ। ਅੱਛਾ, ਬਾਕੀ 1,000 ਹੋਰ ਛੱਡ ਦਾਂਗੇ, 39,000। ਅੱਛਾ, 39,000 ਦੀ ਦੇ ਦੋਗੇ? ਹੋ ਜੂ ਉੱਚਾ ਮਾਨਤਨ? ਕੋਈ ਗੱਲ ਨਹੀਂ, ਕਰ ਦਾਂਗੇ। ਕੋਈ ਲਾਵੇ ਫੋਨ ਹੈ ਨਾ, ਲਾਵੇ ਮਾਨਤਨ ਕਰ ਦਾਂਗੇ, ਸਾਰਿਆਂ ਨੂੰ ਕਰ ਦਾਂਗੇ, ਸਾਰਿਆਂ 'ਚ ਮਾਨਤਨ ਹੋ ਜੂਗਾ। ਹਾਂਜੀ ਹਾਂਜੀ, ਠੀਕ ਹੈ ਵੀਰ ਜੀ। ਹੋਰ ਕੁਛ ਕਹਿਣਾ ਫਿਰ? ਬਸ ਠੀਕ ਹੈ ਵੀਰ ਜੀ, ਬਾਕੀ ਸੂਈਆਂ ਸਵਾਈਆਂ ਨੇ ਕੋਈ? ਹਾਂਜੀ, ਚੋ ਚਵਾ ਕੇ ਤਸੱਲੀ ਕਰੇ ਆਪਣੀ। ਠੀਕ ਹੈ ਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਜਿਸ ਤਰ੍ਹਾਂ ਕਿ ਵੀਰ ਜੀ ਉਹਨਾਂ ਨੇ ਕਿਹਾ ਕਿ ਸਾਰੀਆਂ ਸੂਈਆਂ ਸਵਾਈਆਂ ਨੇ, ਇੱਥੇ ਆ ਕੇ ਆਪਣੀ ਤਸੱਲੀ ਕਰਕੇ, ਚਵਾਈ ਕਰਕੇ, ਆਪਣੀ ਸਮਝ ਦੇ ਹਿਸਾਬ ਨਾਲ ਵੇਚ ਆ ਕੇ ਖੜੋ। ਹਾਂਜੀ ਦੋਸਤੋ, ਵੀਡੀਓ ਨੇ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।